अखी देखे
बनत बनाए, सखिया बनत बनाए। नानक गुरु बिन नाहे पात, पत बिन पार न पा, पत बिन पार न जियो पाए तन साजिया, रखे बनत बना, अखी देखे जे बाबोले, अखी देखे जे बाबोले, कन्नी सुरत समाए, पैरी चले हाथी करना, जियो पाए तन साजिया, जियो पाए पिंड जिन साजिया, दिता पिन खान किसे ना जाने, जियो पाए तन साजिया, रखे बनत बनाए, आप तेज वाए पृथ्वी आकाशा, संसार दी दुनिया दी कोई भी प्रोडक्शन करने वाला बनाने वाला बनान तो पहला कोई बनत बनाता है, लफ्ज बनत आया है, स्कीम बनाता है, कोई डिजाइन बनाता है, घर बनाने, मकान बनाने,
ਜਿੰਨਾ ਕਾਰਾਂ 'ਤੇ ਸਵਾਰ ਹੋਣੇ ਆ ਕਾਰਾਂ ਵੀ ਕੋਈ ਬਣਾਉਂਦਾ ਹੈ ਪਰ ਬਣਾਉਣ ਤੋਂ ਪਹਿਲਾਂ ਕੋਈ ਸਕੀਮ ਬਣਾਉਂਦਾ ਹੈ ਕੋਈ ਡਿਜ਼ਾਈਨ ਬਣਾਉਂਦਾ ਹੈ ਸੋਚੋ ਜੇ ਇੱਕ ਇੱਕ ਚੀਜ਼ ਬਣਾਉਣ ਵਾਲਾ ਬਣਤ ਬਣਾਉਂਦਾ ਹੈ ਤਾਂ ਉਹਦੀ ਬਣਤ ਸਫਲ ਹੁੰਦੀ ਹੈ ਤਾਂ ਸੋਚਣਾ ਪਏਗਾ ਅੱਜ ਦਾ ਸਵਾਲ ਹੈ ਸੋਚਣਾ ਪਏਗਾ ਜਿਸ ਮਾਲਕ ਨੇ ਇੰਨਾ ਕੁਝ ਬਣਾਇਆ ਹੈ ਪਿਛਲੇ ਦਿਨਾਂ ਤੋਂ ਲਗਾਤਾਰ ਕੁਝ ਸਵਾਲ ਜ਼ਿਹਨ ਵਿੱਚ ਚੱਲ ਰਿਹਾ ਹੈ ਪਿਛਲੇ ਹਫ਼ਤੇ ਦਾ ਸ਼ਬਦ ਸੀ ਅਤ ਸੁੰਦਰ ਮਨਮੋਹਣ ਪਿਆਰੇ ਤੂੰ ਬੜਾ ਖੂਬਸੂਰਤ ਹੈ ਅਤੇ ਫਿਰ ਮਸਲਾ ਸੀ ਤੂੰ ਸਰਗੁਣ ਵੀ ਹੈ ਨਿਰਗੁਣ ਵੀ ਹੈ ਸਰਗੁਣ ਨਿਰਗੁਣ ਨਿਰੰਕਾਰ ਨਿਰਗੁਣ ਆਪ ਸਰਗੁਣ ਵੀ ਉਹੀ ਤੂੰ ਦਿਸਣ ਵਾਲਾ ਵੀ ਹੈ ਅਤੇ ਨਾ ਦਿਸਣ ਵਾਲਾ ਵੀ ਹੈ ਦਿਸਣ ਵਾਲਾ ਸਭ ਸੰਸਾਰ ਹੈ ਇਹਦੇ ਵਿੱਚ ਵਰਾਇਟੀ ਬਹੁਤ ਹੈ ਬਹੁਤ ਗਿਣਤੀ ਹੈ ਬਹੁਤ ਗਿਣਤੀ ਹੈ ਬਹੁਤ ਗਿਣਤੀ ਹੈ ਸ਼ੁਮਾਰੀ ਕੋਈ ਨਹੀਂ ਅਤੇ ਅਣਦਿਸਦਾ ਨਿਰਗੁਣ ਸਰੂਪ ਜਿਹੜਾ ਹੈ ਉਹ ਇੱਕ ਓਂਕਾਰ ਹੈ ਉਹ ਇਕੱਲਾ ਹੈ ਉਹਦੀ ਕੋਈ ਵਰਾਇਟੀ ਨਹੀਂ ਕਿਉਂਕਿ ਪਿਛਲੀ ਵਾਰ ਦੇ ਲੜੀ ਨੂੰ ਮੈਂ ਜੋੜਨਾ ਚਾਹੁੰਦਾ ਉਹਦੀ ਕੋਈ ਵਰਾਇਟੀ ਨਹੀਂ ਉਹ ਇੱਕ ਓਂਕਾਰ ਹੈ ਅਤੇ ਫਿਰ ਦੇਖਣਾ ਇਹ ਹੈ ਤੂੰ ਸੁੰਦਰ ਹੈ ਸੁੰਦਰਤਾ ਦੇਖਣ ਲਈ ਹੁੰਦੀ ਹੈ ਮਨੁੱਖ ਆਮ ਜੀਵਨ ਵਿੱਚ ਦੇਖ ਲਿਓ ਸੁੰਦਰ ਬਣਨ ਦੀ ਜਾਂ ਸੁੰਦਰ ਦੇਖਣ ਦੀ ਕੋਸ਼ਿਸ਼ ਕਰਨ ਵਾਲਾ ਉਹਨੂੰ ਪਤਾ ਹੈ ਡੈਕੋਰੇਸ਼ਨ ਕਰਨੀ ਜਾਂ ਹਾਰ ਸ਼ਿੰਗਾਰ ਕਰਨਾ ਇਹ ਸਾਰਾ ਕੁਛ ਇੱਕ ਖਿਆਲ ਵਿੱਚੋਂ ਜਨਮ ਲੈਂਦਾ ਕਿ ਮੈਂ ਸੁੰਦਰ ਬਣਾ ਘਰ ਨੂੰ ਸਜਾਉਣਾ ਤਾਂ ਕਿ ਮੇਰਾ ਘਰ ਸੁੰਦਰ ਦਿਸੇ ਪਿਛਲੀ ਵਾਰ ਦਾ ਕੁਛ ਸਬਜੈਕਟ ਸੀ ਜਿਹੜਾ ਦਿਸਣ ਵਾਲੀ ਸੁੰਦਰਤਾ ਹੈ ਉਹ ਇੱਕ ਨਹੀਂ ਕਿਉਂਕਿ ਹਰ ਦੇਖਣ ਵਾਲੇ ਦੀ ਆਪਣੀ ਪਸੰਦ ਪਿਛਲੀ ਵਾਰ ਸਵਾਲ ਇਹ ਆਇਆ ਸੀ ਦੇਖਣ ਵਾਲੇ ਦੀ ਇਸੇ ਲਈ ਸੰਸਾਰ ਅੰਦਰ ਦੇਖਣ ਵਾਲੀ ਸੁੰਦਰਤਾ ਜਿਹੜੀ ਹੈ ਉਹਦੀ ਵਰਾਇਟੀ ਜ਼ਿਆਦਾ ਹੈ ਮੈਂ ਐਗਜ਼ਾਮਪਲ ਤੁਸੀਂ ਕੱਪੜੇ ਦੀ ਦੁਕਾਨ 'ਤੇ ਜਾਓ ਉਹ 10-20-30 ਥਾਂ ਤੁਹਾਡੇ ਥਾਲ ਸਾਹਮਣੇ ਕਿਉਂ ਰੱਖਦਾ ਉਹਦੇ ਕੋਲ ਦੁਕਾਨ 'ਤੇ ਇੱਕੋ ਕਿਸਮ ਦਾ ਕਲਰ ਜਾਂ ਇੱਕੋ ਕਿਸਮ ਦਾ ਪ੍ਰਿੰਟ ਕਿਉਂ ਨਹੀਂ ਕਿਉਂਕਿ ਉਹਨੂੰ ਪਤਾ ਹੈ ਕਿ ਗਾਹਕ ਦੀ ਆਪਣੀ ਪਸੰਦ ਹੈ ਕੋਈ ਜ਼ਰੂਰੀ ਨਹੀਂ ਕਿ ਇੱਕ ਪ੍ਰਿੰਟ ਜਿਹੜਾ ਪਸੰਦ ਕਰੇ ਦੂਜੇ ਨੂੰ ਵੀ ਉਹ ਹੀ ਆਵੇ ਇਸ ਲਈ ਉਹਨੂੰ ਵਰਾਇਟੀ ਰੱਖਣੀ ਪੈਂਦੀ ਦਿਸਣ ਵਾਲੀ ਸੁੰਦਰਤਾ ਜਿਹੜੀ ਹੈ ਉਹ ਵਰਾਇਟੀ ਚਾਹੁੰਦੀ ਹੈ ਅਤੇ ਜਦੋਂ ਦਾ ਮਨੁੱਖ ਨੇ ਅਤ ਸੁੰਦਰ ਮਨਮੋਹਣ ਪਿਆਰੇ ਨੂੰ ਦੇਖਣ ਦੀ ਕਲਪਨਾ ਕੀਤੀ ਨਾ ਮੈਂ ਦੇਖਾਂ ਆ ਉਦੋਂ ਦੀ ਰੱਬ ਦੀ ਵਰਾਇਟੀ ਵੀ ਬਣ ਗਈ 33 ਕਰੋੜ ਦੇਵਤਾ ਕਿਉਂ ਬਣਿਆ ਕਿਸੇ ਨੇ 8 ਬਾਹਾਂ ਵਾਲਾ ਰੱਬ ਬਣਾ ਲਿਆ ਕਿਸੇ ਨੇ 4 ਬਾਹਾਂ ਵਾਲਾ ਰੱਬ ਬਣਾ ਲਿਆ ਕਿਸੇ ਨੇ ਕਾਲੇ ਰੰਗ ਦਾ ਬਣਾ ਲਿਆ ਕਿਸੇ ਨੇ ਗੋਰੇ ਰੰਗ ਦਾ ਬਣਾ ਲਿਆ ਵੱਖ ਵੱਖ ਰੱਬ ਕਿਉਂ ਬਣੇ ਉਹਨਾਂ ਦੇ ਨਾਮ ਹੀ ਵੱਖ ਵੱਖ ਹੋ ਗਏ ਕਿਸੇ ਦਾ ਨਾਂ ਰਾਮ ਰੱਖ ਲਿਆ ਕਿਸੇ ਦਾ ਨਾਂ ਕ੍ਰਿਸ਼ਨ ਰੱਖ ਲਿਆ ਕਿਸੇ ਦਾ ਨਾਂ ਸਤੰਬਰ ਰੱਖ ਲਿਆ ਕਿਸੇ ਦਾ ਨਾਂ ਅੱਲਾ ਰੱਖ ਲਿਆ ਬਦਲਦੇ ਰਹੇ ਆਪਸ ਵਿੱਚ ਜਦੋਂ ਵਰਾਇਟੀ ਹੋਵੇਗੀ ਵੱਖ ਵੱਖ ਖਿਆਲ ਹੋਣਗੇ ਉਦੋਂ ਟਕਰਾਓ ਵੀ ਹੋਏਗਾ
ਇੱਕ ਨਾਮ ਦੋਹਰਾ। ਆ ਜਿੰਨਾ ਸੰਸਾਰ ਦਾ ਟਕਰਾਓ ਹੈ ਨਾ, ਇਹ ਸਾਰੇ ਦਿਸਣ ਵਾਲੇ ਰੱਬ ਤੋਂ ਪੈਦਾ ਹੋਇਆ। ਪਿਛਲੀ ਵਾਰ ਦਾ ਸਬਜੈਕਟ ਸੀ ਦੁਨੀਆਂ ਅੰਦਰ ਰੱਬ ਦੇ ਨਾਂ 'ਤੇ ਵੀ ਟਕਰਾਓ ਹੈ। ਆ ਤੁਸੀਂ ਦੇਖਿਓ ਧਰਮ ਦੇ ਨਾਮ 'ਤੇ ਜਿੰਨਾ ਟਕਰਾਓ ਹੋ ਰਿਹਾ, ਜਿੰਨੇ ਕਤਲ ਹੋ ਰਹੇ ਨੇ, ਟਾਂਗਾਂ ਚੱਲ ਰਹੀਆਂ ਨੇ, ਕਿਰਪਾਨਾਂ ਚੱਲ ਰਹੀਆਂ, ਗੁਰਦੁਆਰਿਆਂ ਵਿੱਚ ਚੱਲ ਰਹੀਆਂ ਨੇ, ਮਤਲਬ ਇਹ ਸਭ ਕੁਝ ਕਿਉਂ ਹੋ ਰਿਹਾ? ਕਿਉਂਕਿ ਦਿਸਣ ਵਾਲੀ ਜਿਹੜੀ ਚੀਜ਼ ਹੈ ਉੱਥੇ ਟਕਰਾਓ ਹੋਵੇਗਾ, ਕਿਉਂਕਿ ਉਹ ਪਸੰਦ ਵੱਖਰੀ ਵੱਖਰੀ ਹੋਏਗੀ, ਟਕਰਾਓ ਹੋਏਗਾ। ਪਰ ਜੇ ਕਦੀ ਅਣਦਿਸਦੇ ਰੱਬ ਦੇ ਨਾਲ ਸੰਬੰਧ ਜੁੜ ਜਾਏ, ਮਨੁੱਖ ਨੇ ਵੀ ਆਪਣੇ ਆਪ ਨੂੰ ਦਿਸਣ ਵਾਲੇ ਰੱਬ ਦੇ ਮਗਰ ਉਸੇ ਕਿਸਮ ਦਾ ਬਾਣਾ, ਆਹ ਮੇਰਾ ਬਾਣਾ ਹੈ, ਆਹ ਤੇਰਾ ਬਾਣਾ ਹੈ, ਜੇ ਮੇਰੇ ਇਸ ਬਾਣੇ ਨਾਲ ਮੇਰਾ ਰੱਬ ਪ੍ਰਸੰਨ ਹੁੰਦਾ ਤਾਂ ਫਿਰ ਦੂਜਾ ਬਾਣਾ ਕੋਈ ਕਿਉਂ ਪਾਵੇ? ਹੈਂ, ਉਹ ਨਾਸਤਿਕ ਹੈ, ਉਹ ਆਸਤਿਕ ਨਹੀਂ, ਰੱਬ ਨਾਲ ਸੰਬੰਧ ਨਹੀਂ ਰੱਖਦਾ। ਅਤੇ ਜੇ ਦੋਹਾਂ ਦਾ ਬਾਣਾ ਇੱਕ ਹੋ ਜਾਏ ਤਾਂ ਇਹਦਾ ਮਤਲਬ ਦੋਹਾਂ ਦਾ ਰੱਬ ਇੱਕ ਹੈ। ਰੱਬ ਰੱਬ ਦੀਆਂ ਪ੍ਰਭੂ ਦੀਆਂ ਵੰਡੀਆਂ ਪੈ ਗਈਆਂ। ਪਿਛਲੀ ਵਾਰ ਇੱਕ ਤੁੱਕ ਆਈ ਸੀ ਜਿਹਦੇ ਲਫ਼ਜ਼ ਸਨ, ਰਾਮ ਰਹੀਮ ਕਹਾਂ ਦੇ ਏਕ ਨਾਮ ਦੋਹਰਾ ਭੁਲਾਣੇ, ਅਤੇ ਅਗਲੀ ਲਾਈਨ ਸੀ ਸੱਚ ਕਿਨਾਰੇ ਰਹਿ ਗਿਆ ਸ਼ਿਖੈ ਮਰਦੇ ਬਾਹਮਣ ਬੁਲਾਉਣੇ। ਆ ਸਾਰੇ ਝਗੜੇ ਜਿਹੜੇ ਨੇ ਉਹ ਧਰਮੀ ਲੋਕ ਕਰਦੇ ਨੇ। ਮੈਂ ਇੱਕ ਵਾਰ ਹੋਈ, ਬਹੁਤ ਦੇਰ ਹੋਈ, ਕਈ ਚੀਜ਼ਾਂ ਵਾਰ ਵਾਰ ਦੁਹਰਾਉਣੀਆਂ ਪੈਂਦੀਆਂ। ਭਾਈ ਗੁਰਦਾਸ ਨੇ ਇੱਕ ਪੌੜੀ ਲਿਖੀ ਹੈ ਜਿਹਦੇ ਵਿੱਚ ਉਹ ਕਹਿੰਦਾ ਸੰਸਾਰ ਦੇ ਅੰਦਰ ਗਿਲਾਨੀ ਵਿਰੋਧੀ ਵਿਰੋਧਾਪਣ ਦੁਬਦਾ ਟਕਰਾਓ ਕਿਉਂ ਪੈਦਾ ਹੋਇਆ, ਕਿੱਥੋਂ ਪੈਦਾ ਹੋਇਆ? ਜਿੱਥੇ ਉਹਨੇ ਨਾਮ ਲਿਸਟ ਬਣਾਈ ਹੈ ਨਾ, ਉੱਥੇ ਤੁਸੀਂ ਦੇਖੋਗੇ ਸਾਰੇ ਹੀ ਧਰਮੀ ਨੇ। ਭਾਈ ਗੁਰਦਾਸ ਕਹਿੰਦਾ ਭਾਈ ਗਲਾਨ ਜਗਤ ਵਿੱਚ ਜੋਗੀ ਬਾਰਾਂ ਪੰਥ ਚਲਾਏ, ਦਸ ਨਾਮ ਸੰਨਿਆਸੀਆਂ, ਸਾਰੇ ਨਾਂ ਉਹ ਧਰਮੀਆਂ ਦੇ ਲਈ ਜਾਂਦਾ। ਇਹਦਾ ਮਤਲਬ ਧਰਮ ਦੇ ਖੇਤਰ ਵਿੱਚ ਟਕਰਾਓ ਕਿਉਂ ਹੈ? ਲਓ ਮੈਂ ਇੱਥੇ ਰੁਕਣਾ ਚਾਹੁੰਦਾ। ਧਰਮ ਦੇ ਖੇਤਰ ਵਿੱਚ ਟਕਰਾਓ ਕਾਰਨ ਕੀ ਹੈ? ਕਿਉਂਕਿ ਧਰਮ ਦਿਸਣ ਵਾਲਾ ਬਣਾ ਦਿੱਤਾ ਗਿਆ। ਮੈਂ ਜੇ ਕੱਪੜੇ ਪਾਵਾਂ ਤਾਂ ਮੈਂ ਧਰਮੀ ਹਾਂ, ਜੇ ਆਹ ਰੰਗ ਪਾ ਲਿਆ ਮੈਂ ਧਰਮੀ ਨਹੀਂ ਰਹਿਣਾ, ਮੈਂ ਆਹ ਖਾਣਾ ਖਾਵਾਂ ਤਾਂ ਮੈਂ ਧਰਮੀ ਹਾਂ, ਜੇ ਮੈਂ ਆਹ ਖਾਣਾ ਖਾ ਲਿਆ ਤਾਂ ਮੈਂ ਧਰਮੀ ਨਹੀਂ ਰਹਿਣਾ। ਧਰਮ ਨੂੰ ਦਿਸਣ ਵਾਲਾ ਬਣਾ ਲਿਆ, ਇਹ ਠੀਕ ਹੈ ਕਿ ਸਰਗੁਣ ਵੀ ਉਹ ਹੈ, ਕੁਦਰਤ ਸਾਰੀ ਸਰਗੁਣ ਹੈ। ਪਰ ਨਾਲ ਉਹਨੇ ਇਹ ਵੀ ਸਮਝਾ ਦਿੱਤਾ ਵੀ ਸਰਗੁਣ ਹਮੇਸ਼ਾ ਨਹੀਂ ਰਹਿੰਦਾ, ਹਰ ਦਰਖਤ ਦੇ ਪੱਤੇ ਹਰੇ ਹਮੇਸ਼ਾ ਨਹੀਂ ਰਹਿਣੇ, ਹਰ ਪਾਣੀ ਇੱਕੋ ਥਾਂ 'ਤੇ ਖੜ੍ਹਾ ਨਹੀਂ ਰਹਿਣਾ, ਉਹਨੇ ਚੱਲਦਾ ਰਹਿਣਾ। ਹੁਣ ਜਿਸ ਥਾਂ 'ਤੇ ਕਿਨਾਰੇ 'ਤੇ ਤੁਸੀਂ ਜਿਹੜਾ ਪਾਣੀ ਵੇਖਿਆ ਕੱਲ੍ਹ ਉੱਥੇ ਨਹੀਂ ਹੋਣਾ, ਹਾਂ ਕਿਨਾਰਾ ਉਹੀ ਹੋਏਗਾ, ਪਾਣੀ ਵੀ ਪਾਣੀ ਹੋਏਗਾ, ਪਰ ਨਦੀਆਂ ਨੀਰ ਰਹਿਣ ਨਿੱਤ ਤਾਰੂ ਉਹ ਕਦੀ ਨਾ ਹੋਣ ਹਲਕੇ ਸ਼ਾਹ ਹਾਸ਼ਮ ਕਹਿੰਦਾ। ਨਦੀਆਂ ਨੀਰ ਰਹਿਣ ਨਿੱਤ ਤਾਰੂ ਉਹ ਕਦੀ ਨਾ ਹੋਣ ਹਲਕੇ, ਪਰ ਨਾਲ ਅਗਲੀ ਲਾਈਨ ਵਿੱਚ ਕਹਿੰਦਾ ਜੋ ਜਲ ਅੱਜ ਗਏ ਇਸ ਰਾਹੀਂ ਉਹ ਫਿਰ ਨਾ ਆਵਣ ਭਲਕੇ। ਜਿਹੜੇ ਅੱਜ ਪਾਣੀ ਉੱਥੋਂ ਵੱਗ ਗਿਆ ਕੱਲ੍ਹ ਉਹ ਪਾਣੀ ਨਹੀਂ ਰਹਿਣਾ, ਪਾਣੀ ਰਹੇਗਾ, ਬਦਲਦੀ ਟਿਕਾਣਾ ਉਹ ਨਹੀਂ, ਇੱਕ ਨਹੀਂ ਰਹਿਣਾ, ਹਰ ਦਿਸਣ ਵਾਲੀ ਚੀਜ਼ ਬਦਲਦੀ। ਕਹਿਣ ਲੱਗੇ ਪਿਛਲੀ ਵਾਰ ਦਾ ਮੈਂ ਫਿਰ ਐਗਜ਼ਾਮਪਲ ਨਾਲ ਨਾਲ ਦਿਆਂ ਕਿ ਫੁੱਲ ਦਾ ਫੁੱਲ ਦੀ ਉਦਾਹਰਣ ਦਿੱਤਾ ਸੀ, ਗੁਲਾਬ ਦਿਸਦਾ ਹੈ ਪਰ ਉਹਦੇ ਵਿੱਚ ਇੱਕ ਖੁਸ਼ਬੂ ਹੈ ਜਿਹੜੀ ਦਿਸਦੀ ਨਹੀਂ, ਦਿਸਦੀ ਨਹੀਂ। ਪਰ ਅਤੇ ਨਾਲ ਮੈਂ ਅਰਜ਼ ਕੀਤੀ ਸੀ ਕਿ ਕਿੱਡੀ ਅਜੀਬ ਗੱਲ ਹੈ, ਉਹ ਗੁਲਾਬ
जिस दे नाम तो रंग का नाम पै गया गुलाबी। हुण ओह क्योंकि फुल दे नाम तो पिया इसलिए फुल दे रंग बदल गए, वह दिसन वाला है। हर कि दी अपनी पसंद सी, उन्हें की कीता काला गुलाब भी बना दिता, पीला गुलाब भी बना दिता, लाल गुलाब भी बना दिता। हुण जिन्नू कोई पसंद है वह गुलाब लै आवे। पर उस पिछली बार दे लफ्ज़ मैं फिर बार बार दोहरा रहा, उनके विच एक लफ्ज़ ने वह ये कि बेशक गुलाब दिसन वाले तो कई बना ले पर खुशबूआं वक् वक् नहीं बना सके। खुशबू केवल गुलाब के फुल विच है जिहड़ा गुलाबी है, बाकी जिन्ने गुलाब के फुल ने उन्हां विच खुशबू कोई नहीं, क्योंकि खुशबू अण दिसदी है वह दिसदी नहीं। तो मेरे रब प्रति गुरु ने फैसला दिता है, कहता है पाप मद ज्यो बास मस्त है, जिमें फुल विच खुशबू रहिंदी है। रब फुल नहीं, रब खुशबू है। हाँ फुल भी पैदा उसने किया है, उन्हें अपने रहन लई खुशबू बन के रहन लई टिकाना बनाया है, जिमें कुदरत करके वसया सोए। ओप मद ज्यो बास बस्त है, मुकर माए जैसे छाए तैसे ही हर बसे निरंतर। उन दे विच रहिंदा ओ खुशबू है। फुल बदल जाणगे, फुल मुरझा जाणगे, फुल टुट जाणगे, नवे आउणगे, पहले चले जाणगे। उन्हां दा रंग काला पीला भी कोई कर सकदा है, पर ख्याल करी खुशबू ने नहीं बदलना, खुशबू ने नहीं बदलना। हुण तू फैसला कर कि तू फुल नाल जुड़ना है कि खुशबू नाल जुड़ना है। लो इत्थे खलो, यह तू फैसला कर। रब दे तो दो रूप हैं, एक कुदरत भी उनका रूप है, पर कुदरत हमेशा नहीं रहनी, फुल है इन्हें मुरझाना है। इन्दे विच कोई बैठा है वो है खुशबू। हाँ ये तो उनकी बणत है, उन्हें अपने वसल लई बणत बनाई। अज का एक शब्द मैं फिर दोबारा दोहरा दिया, गुरु कहते हैं जीव पाए तन साजिया, उन्हें तन बनाया दिसन वाला, जिवें फुल बनाया दिसन वाला। पर आप फुल नहीं, आप विच खुशबू है, ये तो उन्हें टिकाणा बनाया। इस तरह इन्हें तन साज लिया, शरीर बनाया, उन्दे विच मन बनाया, मन विच आप बैठा। तन मैं मनूंगा, मन मैं साचा। हुण दस तू उस साचे नाल जुड़ना है कि जिहड़ा तन झूठ है उन्दे नाल जुड़ना, ये उन्दी बणत है। मैं हैरान होना जदों गुरबाणी की गहराई भी जाना, सतगुरु कित्थों तक आखे कहन लगे जीव पाए तन साजिया, रखिया बणत बनाए मेरे करते, मेरे करते एक बणत बनाई। उन्हें एक बणत बनाई, ते बणत की सी इस देही विच सब वात पाई। गुरबाणी दी तो कह कहन लगी मेरे करते एक बणत बनाई, इस देही विच सब वात पाई। हैं एक देह बनाई, उन्दे विच सारा कुछ ही टिका दिता। लो देही वर्गी कोई देही बना के दिखावे। मैं बहुत देर हुई एक एग्जाम्पल दसी, बाबा अजीत सिंह इत्थे रहिंदा हुंदा सी, कई बार बैठना गल्लां करनियां। उन्हें एक दिन बड़ी खूबसूरत गल आखी, कहन लगे कि एडी अजीब गल है
ਜਦੋਂ ਕਿਸੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ, ਖੂਨ ਦੀ ਲੋੜ ਹੁੰਦੀ ਹੈ, ਫਿਰ ਉਹਦੇ ਨੰਬਰ ਵੱਖਰੇ ਹੁੰਦੇ ਨੇ ਖੂਨ ਦੇ, ਫਿਰ ਢੂੰਡਦੇ ਨੇ ਬੜੀਆਂ ਮਹਿੰਗੀਆਂ ਕਈ ਵਾਰੀ ਖੂਨ ਦੀਆਂ ਬੋਤਲਾਂ ਮਿਲ, ਕੋਈ ਖੂਨ ਦਾਨ ਕਰੇ ਉਹ ਮਿਲੇ, ਪ੍ਰਜ਼ਰਵ ਕਰਕੇ ਰੱਖਿਆ ਜਾਏ, ਬੜਾ ਔਖਾ ਮਿਲਦਾ ਹੈ, ਉਹਦੀ ਜਾਨ ਨੂੰ ਬੜੀ ਹੁੰਦੀ ਹੈ। ਜੇ ਨਾ ਖੂਨ ਮਿਲੇ ਉਸ ਟਾਈਮ 'ਤੇ ਉਹਦੇ ਨੰਬਰ ਦਾ ਉਹਦੀ ਜਾਨ ਨਿਕਲਦੀ ਹੈ, ਮਰੀਜ਼ ਦੀ, ਪੇਸ਼ੈਂਟ ਦੀ। ਅਤੇ ਕਿੱਡੀ ਅਜੀਬ ਗੱਲ ਹੈ, ਉਸ ਨੂੰ ਲੱਗ ਪਿਆ, ਕਹਿਣ ਲੱਗਾ ਮੈਂ ਧਨ ਹੈ ਮੇਰਾ ਰੱਬ, ਅਸੀਂ ਕਣਕ ਅੰਦਰ ਪਾਉਂਦੇ ਹਾਂ, ਫਰੂਟ ਅੰਦਰ ਪਾਉਂਦੇ ਹਾਂ, ਅੰਦਰ ਉਹਨੇ ਇੱਕ ਐਸੀ ਮਸ਼ੀਨ ਲਾ ਛੱਡੀ ਹੈ ਉਹਦੇ ਅੰਦਰ ਹੀ ਖੂਨ ਬਣ ਜਾਂਦਾ ਹੈ, ਅੰਦਰ ਹੀ ਬਣਦਾ ਨਾ, ਅੰਦਰ ਹੀ ਮਿਰਚ ਬਣ ਜਾਂਦੀ, ਅੰਦਰ ਹੀ ਮਾਸ ਬਣ ਜਾਂਦਾ, ਅੰਦਰ ਹੀ ਹੱਡੀਆਂ ਬਣ ਜਾਂਦੀਆਂ ਨੇ, ਹੈਂ ਕੈਸੀ ਮਸ਼ੀਨ ਬਣਾਈ ਉਹਨੇ। ਕਹਿਣ ਲੱਗੀ ਅੱਜ ਦੇ ਸਾਇੰਸਦਾਨ ਜਿਹੜੇ ਹਰ ਪਲ 'ਤੇ ਇਸੇ ਫਿਕਰ ਵਿੱਚ ਨੇ, ਕੋਈ ਖੂਨ ਦਾਨ ਕਰੇ, ਕੋਈ ਖੂਨ ਦੇ ਬੈਂਕ ਰੱਖੇ, ਕੀ ਲੋੜ ਹੈ ਇੱਕ ਇਹੋ ਜਿਹੀ ਮਸ਼ੀਨ ਵਡਾਉਣ, ਭਲਾ ਉਹਦੇ 'ਚ ਕਣਕ ਪਾਉਣ 'ਤੇ ਲਹੂ ਬਣ ਜਾਏ। ਅੱਜ ਤੱਕ ਇਹਨਾਂ ਨੇ ਇਹ ਨਹੀਂ ਬਣਾਈ ਵੀ ਜਿਹੜਾ ਅਨਾਜ ਅੰਦਰ ਜਾ ਕੇ ਲਹੂ ਬਣ ਜਾਂਦਾ ਹੈ, ਜਿਹੜਾ ਅਨਾਜ, ਜਿਹੜਾ ਫਰੂਟ, ਜਿਹੜੀ ਚੀਜ਼ ਅੰਦਰ ਜਾ ਕੇ ਖੂਨ ਬਣ ਸਕਦੀ ਹੈ ਉਹ ਮਸ਼ੀਨ ਬਾਹਰ ਬਣਾ ਲਓ, ਇਸ ਨੂੰ ਵੇਖ ਕੇ ਹੀ ਬਣਾ ਲਓ। ਅੱਜ ਤੱਕ ਕਿਸੇ ਸਾਇੰਸਦਾਨ ਨੇ, ਡਾਕਟਰ ਨੇ ਇਹ ਕਾਢ ਨਹੀਂ ਕੱਢੀ ਕਿ ਸਾਨੂੰ ਖੂਨ ਦਾਨ ਦੀ ਲੋੜ ਹੀ ਨਾ ਪਵੇ। ਸਤਿਗੁਰੂ ਨੇ ਬਾਣੀ ਵਿੱਚ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਮੇਰੇ ਘਰ ਤੇ ਇੱਕ ਬਣਤ ਬਣਾਈ, ਉਹਨੇ ਇੱਕ ਐਸਾ ਡਿਜ਼ਾਈਨ ਬਣਾਇਆ, ਤਨ ਲੈ ਤੇ ਕਿੱਡੀ ਅਜੀਬ ਗੱਲ ਹੈ, ਜਿਵੇਂ ਫੁੱਲ ਦਾ ਦਿਸਣ ਵਾਲਾ ਰੂਪ ਹੈ ਉਹਦੇ ਵਿੱਚ ਕੁਝ ਅਣਦਿਸਦੀ ਚੀਜ਼ ਜਿਹੜੀ ਹੈ ਨਾ ਉਹ ਹੈ ਸ਼ਕਤੀ। ਕਹਿਣ ਲੱਗੇ ਇਸੇ ਤਰ੍ਹਾਂ ਸਰੀਰ ਦੇ ਵੀ ਸੁੰਦਰਤਾ ਦੇ ਵੱਖ ਵੱਖ ਅੰਗ ਨੇ, ਕਿਸੇ ਦੀਆਂ ਅੱਖਾਂ ਸੋਹਣੀਆਂ ਨੇ, ਕਿਸੇ ਦਾ ਨੱਕ ਸੁੰਦਰ ਹੈ, ਕਿਸੇ ਦੇ ਹੋਠ ਸੁੰਦਰ ਨੇ। ਗੁਰੂ ਕਹਿੰਦੇ ਨੇ ਬਾਣੀ ਵਿੱਚ, ਕਹਿੰਦੇ ਨੇ ਇਹ ਕਿਹੜੀ ਅਜੀਬ ਗੱਲ ਹੈ, ਇਸੇ ਤਰ੍ਹਾਂ ਮੇਰੇ ਰੱਬ ਨੇ ਕੈਸੀ ਬਣਤ ਬਣਾਈ ਹੈ, ਹਰ ਇੱਕ ਦਿਸਣ ਵਾਲੀ ਚੀਜ਼ ਦੇ ਅੰਦਰ ਇੱਕ ਸ਼ਕਤੀ ਰੱਖ ਦਿੱਤੀ ਹੈ। ਕਈਆਂ ਦੀਆਂ ਅੱਖਾਂ ਸੁੰਦਰ ਨੇ ਪਰ ਦੇਖ ਨਹੀਂ ਸਕਦੀਆਂ, ਅੰਦਰਲੀ ਜੋਤ ਜਿਹੜੀ ਹੈ ਦੇਖਣ ਵਾਲੀ ਉਹ ਹੋਰ ਹੈ, ਅੱਖਾਂ ਹੋਰ ਨੇ, ਅੱਖਾਂ ਦੇ ਵਿੱਚ ਜੋਤ ਹੈ। ਸਤਿਗੁਰੂ ਨੇ ਕਿਉਂ ਬਾਣੀ ਵਿੱਚ ਕਹਿ ਦਿੱਤਾ ਇਹ ਸਰੀਰ ਆ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋਤ ਵੱਖਰੀ ਚੀਜ਼ ਹੈ, ਸਰੀਰ ਵੱਖਰੀ ਚੀਜ਼ ਹੈ, ਸਰੀਰ ਇੱਕ ਘਰ ਹੈ, ਇਹ ਵੀ ਬੜੀ ਬਣਤ ਨਾਲ ਬਣੇ, ਹਰ ਕੋਈ ਨਹੀਂ ਬਣਾ ਸਕਦਾ, ਨਹੀਂ ਤਾਂ ਸੰਸਾਰ ਅੰਦਰ ਕਿਸੇ ਕੋਈ ਆਪਣਾ ਪੁੱਤਰ ਭਰਾ ਸੰਸਾਰ ਦਾ ਪਿਤਾ ਜਾਂ ਦੁਨੀਆਵੀ ਰਿਸ਼ਤੇਦਾਰ ਜਾਣ ਹੀ ਨਾ ਦੇਵੇ, ਉਹ ਜੇ ਵਰਗਾ ਹੋਰ ਬਣਾ ਕੇ ਰੱਖ ਲਵੇ। ਬੜੀਆਂ ਕਹਾਣੀਆਂ ਬਣ ਗਈਆਂ ਪਰ ਨਾ ਬਣ ਸਕਿਆ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਉਹਦੀ ਬਣਤ ਬਣਾਉਣ ਦਾ ਤਰੀਕਾ ਵੇਖ। ਸਤਿਗੁਰੂ ਕਹਿੰਦੇ ਨੇ ਆਪੇ ਧਰਤੀ ਸਾਜੀਆਂ ਨੇ, ਧਰਤੀ ਬਣਾ ਦਿੱਤੀ, ਕਿ ਮਨੁੱਖ ਨੇ ਬਣਾਈ ਹੈ ਧਰਤੀ, ਆਪੇ ਧਰਤੀ ਸਾਜੀਆਂ ਨੇ, ਚੰਦ ਸੂਰਜ ਦੋਏ ਦੀਵੇ, ਇਹਦੀ ਲੋੜ ਮੁਤਾਬਕ ਦਿਨ ਲਈ ਸੂਰਜ ਅਤੇ ਰਾਤ ਲਈ ਚੰਦਰਮਾ ਬਣਾ ਦਿੱਤਾ, ਕੋਈ ਮਨੁੱਖ ਨੇ ਬਣਾਇਆ ਹੈ। ਉਹ ਰੱਬ ਦੀ ਹੋਂਦ ਨੂੰ ਤਾਂ ਕਬੂਲ, ਸਭ ਤੋਂ ਵੱਡਾ ਦੁਖਾਂਤ ਅੱਜ ਇਹ ਹੈ ਕਿ ਅਕਾਲ ਪੁਰਖ ਦੀ ਉਸ ਇੱਕ ਓਂਕਾਰ ਦੀ ਹੋਂਦ ਨੂੰ ਚੈਲੇਂਜ ਕੀਤਾ ਜਾ ਰਿਹਾ, ਕਮ ਸੇ ਕਮ ਜੇ ਤੂੰ ਨੇੜੇ ਨਹੀਂ ਹੋ ਸਕਦਾ ਤਾਂ ਉਹਦੀ ਹੋਂਦ ਨੂੰ ਤਾਂ ਕਬੂਲ ਲੈ। ਅਤੇ ਇੱਕ ਖਿਆਲ ਕਰੀ
ਹੋਂਦ ਨੂੰ ਤਾਂ ਹੀ ਕਬੂਲ ਸਕੇਗਾ ਜਦੋਂ ਅੰਦਰਲੀ ਚੀਜ਼ ਖੁਸ਼ਬੂ ਨਾਲ ਸੰਬੰਧਿਤ ਹੋਏਗਾ। ਤੂੰ ਦੇਖਣ ਵਾਲੀ ਚੀਜ਼ ਚਾਹੁੰਦਾ, ਦੇਖਣ ਵਾਲੀ ਚੀਜ਼ ਜਿਹੜੀ ਹੈ ਉਹ ਖਤਮ ਹੁੰਦੀ ਹੈ, ਇਸ ਲਈ ਰੱਬ ਨੂੰ ਤੂੰ ਖਤਮ ਹੋਇਆ ਸਮਝ ਲੈਣਾ। ਲਓ ਸਤਿਗੁਰੂ ਬਾਣੀ ਅੰਦਰ ਇੱਕ ਗੱਲ ਕਿਉਂ ਸਪਸ਼ਟ ਕਰਦੇ ਨੇ, ਕਹਿੰਦੇ ਨੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੂੰ ਇਹ ਦੇਖ ਜਿਹੜੀ ਸੁੰਦਰਤਾ ਤੂੰ ਬਾਹਰ ਦੀ ਦੇਖਣਾ ਉਹਦੇ ਅੰਦਰ ਵੀ ਕੋਈ ਸੁੰਦਰਤਾ ਹੈ। ਅੱਖਾਂ ਆਪਣੇ ਆਪ ਵਿੱਚ ਸੁੰਦਰ ਨਹੀਂ ਹਨ, ਸੁੰਦਰ ਅਸੀਂ ਸਮਝਦੇ ਹਾਂ ਫਲਾਣੇ ਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ। ਮਿਰਗ ਨੈਣੀ ਗੁਰਬਾਣੀ ਅੰਦਰ ਵੀ ਅਨੇਕਾਂ ਥਾਂ 'ਤੇ ਲਫਜ਼ ਆਇਆ ਮਿਰਗ ਦੀਆਂ, ਕਿਉਂਕਿ ਹਰਨ ਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ। ਪਰ ਇੱਕ ਖਿਆਲ ਕਰੀ, ਅੱਖਾਂ ਦੀ ਸੁੰਦਰਤਾ ਤਾਂ ਹੀ ਸਤਾਰਤ ਹੈ ਜੇ ਉਹਦੇ ਅੰਦਰ ਦੇਖਣ ਦੀ ਸ਼ਕਤੀ ਹੈ। ਉਹ ਸ਼ਕਤੀ ਅੰਦਰ ਹੈ, ਉਹ ਅੱਖਾਂ ਨਹੀਂ। ਕਹਿਣ ਲੱਗੇ ਇਸੇ ਤਰ੍ਹਾਂ ਕੰਨ ਹਰ ਇੱਕ ਨੂੰ ਮਿਲੇ ਨੇ, ਪਰ ਸਾਰਿਆਂ ਦੇ ਕੰਨਾਂ ਵਿੱਚ ਆਪ ਮਸ਼ੀਨਾਂ ਕਿਉਂ ਬਣੀਆਂ? ਮੇਰੇ ਮੇਰੀ ਵੀ ਲੋੜ ਹੈ, ਕੰਨਾਂ ਦੀਆਂ ਮਸ਼ੀਨਾਂ ਕਿਉਂ ਬਣਾਈਆਂ? ਇਹਦਾ ਮਤਲਬ ਕਈਆਂ ਕੋਲ ਕੰਨ ਹੈ ਪਰ ਸਰੋਤ ਕੋਈ ਨਹੀਂ। ਹਰ ਇੱਕ ਚੀਜ਼ ਜਿਹੜੀ ਆਪਣੀ ਸਰੋਤ ਆਪਣੇ ਅੰਦਰਲੀ ਸ਼ਕਤੀ ਨੂੰ ਗਵਾ ਪਏ ਉਹ ਨਿਕੰਮੀ ਹੋ ਜਾਂਦੀ, ਉਹ ਨਿਕੰਮੀ ਹੋ ਜਾਂਦੀ। ਸਤਿਗੁਰੂ ਨੇ ਇਸੇ ਲਈ ਬਾਣੀ ਵਿੱਚ ਇੱਕ ਗੱਲ ਦਾ ਸਵਾਲ ਕੀਤਾ, ਕਹਿਣ ਲੱਗੇ ਭਲਿਆ ਮਾਲਕ ਤੇ ਇੱਕ ਸਵਾਲ ਤਾਂ ਕਰ, ਮੈਨੂੰ ਪਤਾ ਲੱਗ ਜਾਏ ਮੈਂ ਕਿਉਂ ਬਣਿਆ। ਹਰ ਇੱਕ ਚੀਜ਼ ਜੇ ਅੱਖਾਂ ਦੇਖਣ ਲਈ ਬਣੀਆਂ ਨੇ ਅਤੇ ਉਹ ਆਪਣਾ ਕਾਜ ਛੱਡ ਜਾਣ, ਦੇਖਣਾ ਛੱਡ ਜਾਣ, ਅਤੇ ਅੱਖਾਂ ਨੂੰ ਕੀ ਕਰਨਾ? ਕੰਨ ਸੁਣਨ ਲਈ ਬਣੇ ਨੇ ਅਤੇ ਜੇ ਕੰਨ ਆਪਣਾ ਕੰਮ ਛੱਡ ਜਾਣ ਤਾਂ ਕੰਨਾਂ ਦੀ ਕਾਹਦੀ ਸੁੰਦਰਤਾ ਹੈ? ਜ਼ਬਾਨ ਬੋਲਣ ਲਈ ਬਣੀ ਹੈ, ਜੇ ਜ਼ਬਾਨ ਬੋਲਣੀ ਰਹਿ ਜਾਏ ਗੂੰਗਾ ਹੋ ਜਾਏ ਤਾਂ ਜੇ ਜੀ ਜ਼ਬਾਨ ਹੋਵੇ ਜੋ ਜੇ ਨਾ ਹੋਵੇ? ਅੰਦਰਲੀ ਚੀਜ਼ ਦੀ ਸ਼ਕਤੀ ਹੈ ਅਤੇ ਅੰਦਰ ਚੀਜ਼ ਧਰੀ ਹੋਈ ਹੈ। ਕਾਜ ਭਾਵ ਕਿਸ ਕੰਮ ਲਈ ਬਣੀ ਹੈ, ਕਾਜ ਦਾ ਮਤਲਬ ਹੁੰਦਾ ਕਿਸ ਕੰਮ ਲਈ, ਅਤੇ ਤੂੰ ਆਪਣੇ ਆਪ 'ਤੇ ਹੀ ਸਵਾਲ ਕਰ ਵੀ ਤੂੰ ਕਿਉਂ ਬਣਿਆ। ਲੋ ਮਸਲਾ ਤਾਂ ਇਹ ਹੈ, ਗੁਰਬਾਣੀ ਵਿੱਚ ਕਹਿੰਦੇ ਨੇ ਸਤਿਗੁਰੂ ਕਮਨ ਕਾਜ ਸਿਰ ਜੇ ਜਗ ਭੀਤਰ ਕਮਨ ਕਾਜ ਸਿਰ ਜੇ ਜਗ ਭੀਤਰ ਜਨਮ ਕਵਨ ਫਲ ਪਾਇਆ। ਲਓ ਆ ਸਵਾਲ, ਜੇ ਹਰ ਇੱਕ ਚੀਜ਼ ਕਾਜ ਤੋਂ ਬਿਨਾਂ ਨਿਕੰਮੀ ਹੈ। ਸਤਿਗੁਰੂ ਨੇ ਬਾਣੀ ਅੰਦਰ ਇੱਕ ਹੋਰ ਥਾਂ 'ਤੇ ਐਗਜ਼ਾਮਪਲ ਦਿੱਤੀ, ਕਹਿੰਦੇ ਨੇ ਦੁੱਧ ਬਿਨ ਦਹੇਨ, ਦਹੇਨ ਕਹਿੰਦੇ ਨੇ ਗਊ ਨੂੰ, ਗਊ ਜਿੰਨੀ ਦੇਰ ਦੁੱਧ ਦਿੰਦੀ ਹੈ ਮਾਲਕ ਪੱਠੇ ਵੀ ਪਾਉਂਦਾ ਹੈ, ਨਵਾਉਂਦਾ ਵੀ ਹੈ, ਉਹਦੀ ਹਰ ਲੋੜ ਪੂਰੀ ਕਰਦਾ ਹੈ, ਉਹਨੂੰ ਸਰਦੀ ਗਰਮੀ ਤੋਂ ਵੀ ਬਚਾ ਕੇ ਰੱਖਦਾ ਹੈ, ਦੁੱਧ ਦਿੰਦੀ ਹੈ। ਅਤੇ ਜੇ ਭਲਾ ਦੁੱਧ ਦੇਣਾ ਛੱਡ ਜਾਏ ਅਤੇ ਮਾਲਕ ਨੂੰ ਇਹ ਪਤਾ ਲੱਗ ਜਾਵੇ ਵੀ ਇਹਨੇ ਕਦੀ ਮੁੜ ਕੇ ਦੁੱਧ ਦੇਣਾ ਵੀ ਨਹੀਂ, ਫਿਰ ਉਹ ਆਪਣੇ ਕਿੱਲੇ ਨਾਲ ਨਹੀਂ ਬਣਦਾ, ਘਰ ਨਹੀਂ ਰੱਖਦਾ, ਕਿਉਂਕਿ ਉਹਦਾ ਕਾਜ ਜਿਹੜਾ ਹੈ ਉਹ ਛੱਡ ਗਈ ਹੈ। ਖੰਭ ਨਾਲ ਹੋਣ ਤਾਂ ਪੰਖੀ ਹੈ, ਪੰਖ ਨਾਲ ਹੋਣ ਤਾਂ ਉੱਡਦਾ, ਅਤੇ ਜੇ ਪੰਖ ਟੁੱਟ ਜਾਣ ਤਾਂ ਉਹਨੂੰ ਪੰਖੀ ਕੌਣ ਆਖਦਾ? ਮੱਛੀ ਪਾਣੀ ਵਿੱਚ ਜਿਉਂਦੀ ਹੈ, ਜੇ ਪਾਣੀ ਤੋਂ ਵੱਖ ਹੋ ਜਾਏ ਤਾਂ ਉਹਦਾ ਕਾਹਦਾ ਜੀਵਨ ਹੈ, ਖਤਮ ਹੋ ਜਾਂਦੀ ਹੈ, ਤੜਪ ਕੇ ਮਰ ਜਾਂਦੀ ਮੌਤ। ਸਤਿਗੁਰੂ ਬਾਣੀ ਵਿੱਚ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਦੁੱਧ ਬਿਨ ਦਹੇਨ ਪੰਖ ਬਿਨ ਪੰਖੀ
पग बिन धैन पंख बिन पंखी जल बिन उद्भुज काम नहीं क्यों सुल्तान सलाम विहूना। ओ कदा बादशाह जिन्हों कोई चुक के सलाम ही नहीं करता, जिंदा सत्कार ही कोई नहीं, जिंदा मान सम्मान ही कोई नहीं, कदा बादशाह। एक ख्याल करो हर चीज दे पीछे कोई काज खड़ा है। एक तू है जेड़ा तू अपने काज नू नहीं पुछदा ना पछाणदा ना किसे कोलों पुछण दी कोशिश करना है कि मेरे आउण दा की काज है। बस असवाल है जे हर एक चीज दा कोई काज है ते एक ख्याल करी मेरे रब ने कोई चीज ऐसी नहीं बनाई जिंदा काज कोई ना होवे। वो इन्ना वेला नहीं कि निकम्मियां चीजा बनाउंदा रहे। कोई चीज ऐसी नहीं बनाई जिंदा काज कोई ना हो जिंदा। हाँ एक गल वक्री है कि उसकी बनाई हुई हर एक चीज नू समझन लई साडे कोल भी वो ज्ञान होना चाहिए भी आ चीज क्यों बनी है सानू पता होना चाहिए। सतगुरु ने अपनी रचना तो इसलिए आख दिता जां को आए सोई बिहाजो। तैनू पता होवे तू क्यों आया है क्योंकि जो मेरे मालिक ने जेड़ी भी बंत बनाई है उन्दे नाल एक काज जोड़ देता है। बस ये निशानी है ऐस अज दे शब्द के जीव पाए तन साजिया रखिया बंत बनाए। उन्हें बड़ी खूबसूरत बंत बनाई है तेरे रूप विच तेरे वर्गा होर कोई मनुख कोई जीव पैदा नहीं होया। पर केड़ी अजीब गल है हर जीव अपने अपने काज नू समझ रहा है तू नहीं समझ रहा। बंत वो भी बनाता है मैं कई भी समझना एक छोटा जिहा जानवर है बिजड़ा ਉਹਦਾ ਆਲਣਾ ਬਣਾਇਆ ਦੇਖੋ ਕਿੰਨੀ ਖੂਬਸੂਰਤ ਬਣਤ ਨਾਲ ਉਹ ਬਣਾਉਂਦਾ ਹੈ ਬਿਜੜੇ ਦਾ ਆਲਣਾ। ਔਰ ਐਡੀ ਕਿਹੜੀ ਅਜੀਬ ਗੱਲ ਹੈ ਜਿੰਨੇ ਵੀ ਬਿਜੜੇ ਨੇ ਉਹਨਾਂ ਦੀ ਆਪਣੀ ਨਸਲ ਹਰ ਇੱਕ ਬਿਜੜਾ ਆਲਣਾ ਉਸੇ ਹੀ ਕਿਸਮ ਦਾ ਬਣਾਏਗਾ। ਉਹ ਚਿੜੀਆਂ ਵਰਗਾ ਆਲਣਾ ਨਹੀਂ ਬਣਾਏਗਾ ਉਹ ਕਬੂਤਰਾਂ ਵਰਗਾ ਆਲਣਾ ਨਹੀਂ ਬਣਾਏਗਾ। ਬਿਜੜੇ ਦਾ ਆਲਣਾ ਦੇਖਦਿਆਂ ਪਤਾ ਲੱਗ ਜਾਏਗਾ ਇਹ ਕਿਸੇ ਬਿਜੜੇ ਦਾ ਬਣਾਇਆ ਹੋਇਆ। ਕਿਹੜੀ ਅਜੀਬ ਗੱਲ ਹੈ ਬਿਜੜੇ ਨੂੰ ਉਸੇ ਕੋਲ ਉਹ ਬਣਤ ਹੈ ਇਹਦਾ ਮਤਲਬ ਬਣਤ ਵੀ ਨਿਸ਼ਚਿਤ ਹੈ। ਬਣਤ ਇੱਕ ਬੜੀ ਵੱਡੀ ਸ਼ਿਕਾਰਸ ਚੀਜ਼ ਹੈ। ਕਹਿੰਦੇ ਨੇ ਮੇਰੇ ਰੱਬ ਨੇ ਵੀ ਇੱਕ ਬਣਤ ਬਣਾਈ ਹੈ ਉਹਦੇ ਵਰਗੀ ਹੋਰ ਬਣਤ ਕੋਈ ਬਣਾ ਨਹੀਂ ਸਕਦਾ। ਇਸ ਲਈ ਕਹਿ ਦਿੱਤਾ ਪਿਛਲੇ ਦਿਨਾਂ 'ਚ ਤੁਕ ਆਈ ਸੀ ਇੱਕ ਕਿ ਮੇਰੇ ਮਾਲਕ ਨੇ ਕੈਸੀ ਬਣਤ ਬਣਾਈ ਹੈ ਪਾਣੀ ਅਤੇ ਧਰਤੀ ਇਕੱਠੀ ਕਰ ਦਿੱਤੀ ਹੈ। ਫਿਰ ਕਹਿਣ ਲੱਗੇ ਇਸ ਸਰੀਰ ਵਿੱਚ ਸਾਰਾ ਕੁਝ ਹੀ ਰੱਖ ਦਿੱਤਾ ਹੈ ਪੰਜ ਤੱਤ ਜਿਹੜੇ ਰੱਖੇ ਨੇ ਵਿਰੋਧੀ ਨੇ ਅਪ ਪਾਣੀ ਤੇਜ ਅੱਗ ਬਸੰਤਰ ਵਾਏ ਹਵਾ ਪ੍ਰਿਥਵੀ ਧਰਤੀ ਆਕਾਸ਼ ਇਹ ਪੰਜ ਤੱਤ ਨੇ ਅਤੇ ਤੇਰੇ ਅੰਦਰ ਸਭ ਕੁਝ ਰੱਖ ਦਿੱਤੇ ਤੋਂ ਕੋਈ ਪੰਜ ਤੱਤ ਕਰ ਤੂੰ ਦੂਸਰੀ ਸਭ ਸਾਜੀ। ਮੇਰੇ ਮਾਲਕ ਨੇ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਬਣਾ ਦਿੱਤੀ ਤੇਰੇ ਅੰਦਰ ਵੀ ਸਭ ਕੁਝ ਰੱਖ ਦਿੱਤਾ ਅਤੇ ਰੱਖਿਆ ਕੈਸੇ ਢੰਗ ਨਾਲ ਨਾ ਤੂੰ ਆਪਣੇ ਅੰਦਰ ਵਾਏ ਨੂੰ ਆਪ ਕੰਟਰੋਲ ਕਰ ਰਿਹਾ। ਕਦੇ ਮੈਂ ਇੱਕ ਵਾਰ ਕੀਤੀ ਸੀ ਕਦੇ ਤੂੰ ਸੋਚ ਕੇ ਸਾਹ ਲਿਆ ਵੀ ਮੈਂ ਹੁਣ ਸਾਹ ਲੈ ਲਵਾਂ ਨਹੀਂ ਆਪੇ ਆਈ ਜਾਂਦਾ। ਕਿਹੜੀ ਅਜੀਬ ਗੱਲ ਹੈ ਉਹਨੇ ਬੰਤ ਬਣਾ ਕੇ ਫਿਰ ਉਹ ਸਾਰਾ ਚੀਜ਼ ਦੀ ਸਾਰੀ ਬੰਤ ਦਾ ਕੰਟਰੋਲ ਆਪਣੇ ਕੋਲ ਰੱਖ ਲਿਆ। ਭੈ ਵਿੱਚ ਪਾਉਣ ਵੈਸੇ ਲਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢੇ ਬੇਕਾਰ ਭੈ ਵਿੱਚ ਧਰਤੀ ਦੱਬੀ ਬਹਾਰ ਸਭ ਕੁਝ ਉਹਦੇ ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ ਐਸੀ ਰਵਤ ਰਹੋ ਹਰ ਪਾਸਾ। ਉਹਨੇ ਸਭ ਕੁਝ ਬਣਾ ਕੇ ਬੰਤ ਬਣਾ ਕੇ ਫਿਰ ਸਭ ਕੁਝ ਆਪਣੇ ਹੱਥ ਵਿੱਚ ਰੱਖ ਲਿਆ। ਤੂੰ ਕੈਸਾ ਨਾ ਚੀਜ਼ ਹੈ
कि सब कुछ उनका दिता होया अंदर टिकया होया जे आज ये पंच तत्त बिखर जान ते तेरे कोल कुछ भी नहीं। उनकी बणत दे अगे सिर चुका के उनकी बणत बनाने का तरीके एक्सेप्ट कर ले प्रवान कर ले बस इन्ना ही तेरे को मंग करते ने गुरु ते आखते ने भलिया तेनू पता हो जे तू नहीं उनकी बणत नू मनेगा इसलिए आखिरी तुक अंदर कह दिता फिर की होएगा अखी देखे जेवा बोले कन्नी सुरत समाए पैरी चले हथी करना दिता पहने खाए जिन रच रचिया जिन्हें ये बणत बनाई किसे न जाने अंधा अंध कमाए। पर अगले पास कह लगे फिर आशर की होगा जा भजिए तो ठीक हो गया जिमें कड़ा भज जाए टुट जाए तो ठीक रह जाए मुड़ के उस घड़े की उस मिट्टी को इकट्ठे करके मुड़ के कड़ा नहीं बना सकते जा भजे तो ठीक हो गए घड़त घड़ी ना जाए मुड़ के उनकी घड़त नहीं बनती जे कोई घड़िया टुट जाए तो विश्वास कर उस टुटे हुए घड़े के ठीकर मुड़ के तुम घड़ा नहीं बना सकते जा भजे तो ठीक हो गए घड़त घड़ी ना जाए। कह लगे अपने जीवन की इस कहानी नू समझ ते उस घड़त करन वाले बणत बनाउन वाले दे सामने सिर चुका सतगुरु एहो गल बाणी फरमांदे ने कहंदे ने रखिया बणत बना कैसी बनत है इस देही अंदर सब वत पाई मेरे करते एक बनत बनाई इस देही विच सब वत पाई इत्थे अंदर ही लहू बनी जांदा है अंदर ही शक्ति बनी जांदी है अंदर ही हड्डियां बनी जांदियां ने कोई डॉक्टर कोई इहदी नकल भी नहीं कर सकदा सिर्फ इन्ना ही गुरु मंगदा है कि तू उस नू कबूल ले एक्सेप्ट कर ले ये मन कोई है मंगदा कुछ नहीं ना वो किराया मंगदा ना कीमत मंगदा है बस ऐनी गल मंगदा कि उन्हें कबूल कर इन शब्द नाल खिमांदा जा चिका फतेह बुलाओ वाहिगुरु जी का खालसा वाहिगुरु जी की